ਜਿਹੜੀ ਜਲਾਲਾਂਵਾਲ ਦੀ ਸੀਟ ਹੈ ਉਸ ਸੀਟ ਨੂੰ ਹੌਟ ਸੀਟ ਮੰਨਿਆ ਗਿਆ ਔਰ ਖਾਸ ਤੌਰ ਤੇ ਕਿਉਂਕਿ ਅਕਾਲੀ ਦਲ ਬਾਦਲ ਨੇ ਆਪਣਾ ਮੁੱਖ ਮੰਤਰੀ ਦਾ ਚਿਹਰਾ ਲਾਣਿਆ ਸੁਖਬੀਰ ਸਿੰਘ ਬਾਦਲ ਨੂੰ ਔਰ ਉਹ ਹੌਟ ਸੀਟ ਬਣੀ ਹੋਈ ਹੈ। ਤੁਸੀਂ ਸਵਾਲ ਕੀਤਾ ਹੌਟ ਸੀਟ, ਹੌਟ ਸੀਟ ਜਿਹੜੇ ਇਹਦੇ ਚੈਨਲ ਨੇ ਉਹ ਹੀ ਦੱਸ ਰਹੇ ਨੇ ਪਰ ਉਹ ਤੇ ਅੰਦਰੋਂ ਅੰਦਰ ਪਸੀਨੇ ਛੁੱਟ ਰਹੇ। ਅਸੀਂ ਉੱਥੇ ਅੰਦੋਲਨ ਲੜ ਰਹੇ ਸੀ, ਇਹ ਇੱਥੇ ਵੋਟਾਂ ਮੰਗ ਰਹੇ ਸੀ। ਉਸ ਟਾਈਮ ਤੁਸੀਂ ਸੁਣਿਆ ਹੋਏਗਾ ਕਦੇ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਹੋਣਾ ਵੀ ਜਦੋਂ ਅਕਾਲੀ ਦਲ ਦੀ ਇਸ ਤਰ੍ਹਾਂ ਦੀ ਹਾਲਤ ਹੋਈ ਹੋਵੇ, ਚਾਹੇ ਕਾਂਗਰਸ ਵਾਲੇ ਨੇ ਚਾਹੇ ਅਕਾਲੀ ਨੇ। ਲੋਕ ਸਵਾਲ ਕਰ ਰਹੇ ਨੇ, ਸਾਡਾ ਸਵਾਗਤ ਕਰ ਰਹੇ ਨੇ, ਇੰਨੀ ਸਾਡੇ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਪੰਜਾਬ ਸੂਬੇ ਅੰਦਰ 20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਔਰ ਇਹ ਸੂਬੇ ਅੰਦਰ ਚੋਣ ਦੰਗਲ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ। ਮੌਜੂਦਾ ਅਸੀਂ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵਿੱਚ ਜਿਹੜੀ ਕਿ ਹੌਟ ਸੀਟ ਬਣੀ ਹੋਈ ਹੈ। ਆਪਣੇ ਆਪਣੇ ਪਾਰਟੀਆਂ ਦੇ ਉਮੀਦਵਾਰ ਆਪਣੀ ਜਿੱਤ ਲਈ ਹਰ ਤਰ੍ਹਾਂ ਦਾ ਜ਼ੋਰ ਲਾ ਰਹੇ ਹਨ। ਸਾਡੇ ਨਾਲ ਅੱਜ ਮੌਜੂਦ ਨੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕਾਂਵਰ ਸੁਰਿੰਦਰ ਢੰਡੀਆਂ, ਜਿਹੜੇ ਕਿ ਆਪਣੀ ਚੋਣ ਮੁਹਿੰਮ ਨੂੰ ਨਵੇਕਲੇ ਢੰਗ ਨਾਲ ਕਰ ਰਹੇ ਹਨ। ਉਹ ਟਰੈਕਟਰ 'ਤੇ ਹੀ ਆਪਣੀ ਚੋਣ ਮੁਹਿੰਮ ਕਰ ਰਹੇ ਹਨ, ਸਾਡੇ ਨਾਲ ਮੌਜੂਦ ਨੇ। ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਉਹਨਾਂ ਨੂੰ ਬੁਲਾਇਆ ਸਪੈਸ਼ਲ ਤੌਰ 'ਤੇ ਕਿ ਕਿਸ ਤਰ੍ਹਾਂ ਉਹ ਟਰੈਕਟਰ 'ਤੇ ਬਕਾਇਦਾ ਚੋਣ ਮੁਹਿੰਮ ਕਰ ਰਹੇ ਨੇ ਔਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਉਹ ਮੌਜੂਦ ਨੇ। ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਉਹਨਾਂ ਦੀ ਚੋਣ ਮੁਹਿੰਮ ਕਿਵੇਂ ਚੱਲ ਰਹੀ। ਬਹੁਤ ਬਹੁਤ ਧੰਨਵਾਦ ਜੀ ਰੇਡੀਓ ਸਪਾਈਸ ਵੱਲੋਂ ਕਿ ਤੁਸੀਂ ਇਹ ਚੋਣ ਮੁਹਿੰਮ ਚਲਾ ਰਹੇ ਹੋ, ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਤੁਸੀਂ ਟਾਈਮ ਦਿੱਤਾ। ਧੰਨਵਾਦ ਜੀ। ਪਹਿਲਾਂ ਤਾਂ ਰੇਡੀਓ ਸਪਾਈਸ ਚੈਨਲ ਦਾ, ਸੋ ਤੁਸੀਂ ਸਾਡਾ ਇੰਟਰਵਿਊ ਲੈਣ ਵਾਸਤੇ ਆਏ ਅਤੇ ਬਹੁਤ ਬਹੁਤ ਧੰਨਵਾਦ। ਕਿਵੇਂ ਚੱਲ ਰਿਹਾ ਤੁਹਾਡੀ ਚੋਣ ਮੁਹਿੰਮ ਔਰ ਖਾਸ ਤੌਰ 'ਤੇ ਤੁਸੀਂ ਟਰੈਕਟਰ 'ਤੇ ਚੋਣ ਮੁਹਿੰਮ ਕਰ ਰਹੇ ਹੋ? ਪਹਿਲਾਂ ਮੇਰਾ ਇਹੀ ਸਵਾਲ ਹੈ ਕਿ ਟਰੈਕਟਰ 'ਤੇ ਕਿਉਂ, ਲੋਕ ਗੱਡੀਆਂ ਰਾਹੀਂ ਕਰ ਰਹੇ ਨੇ? ਸਭ ਤੋਂ ਆਜ਼ਾਦੀ ਤੋਂ ਬਾਅਦ ਜਿਹੜਾ ਅਸੀਂ ਅੰਦੋਲਨ ਜਿੱਤਿਆ ਉਹ ਲੋਕਾਂ ਦਾ ਅੰਦੋਲਨ ਸੀ, ਸੋ ਇਸ ਵਾਸਤੇ ਜਿਹੜਾ ਸਾਡੇ ਟਰੈਕਟਰ ਸੀ, ਜੇ ਟਰੈਕਟਰ ਨਾ ਹੁੰਦੇ ਤਾਂ ਅਸੀਂ ਦਿੱਲੀ ਦੀ ਜਿਹੜਾ ਬਰੂਆ 'ਤੇ ਪਹੁੰਚਿਆ ਅਤੇ ਆਪਣਾ ਦਿੱਲੀ ਦੀ ਮੋਦੀ ਦੀ ਹਿੱਕ ਦੇ ਵਿੱਚੋਂ ਕਿੱਲਾ ਕੱਢ ਕੇ ਆਏ। ਸੋ ਸਾਡਾ ਜਿਹੜਾ ਟਰੈਕਟਰ ਉਹ ਇੱਕ ਜਿੱਤ ਦਾ ਸਿੰਬਲ ਹੈ, ਜੇ ਟਰੈਕਟਰ ਨਾ ਹੁੰਦੇ ਤਾਂ ਮੋਦੀ ਕਦੇ ਵੀ ਨਹੀਂ ਹਾਰਨਾ ਸੀ। ਸੋ ਇਸ ਵਾਸਤੇ ਅਸੀਂ ਜਿਹੜਾ ਟਰੈਕਟਰ ਸਾਨੂੰ ਪੂਰੀ ਦੁਨੀਆ ਨੂੰ ਬਚਾ ਕੇ ਜਿਹਨੇ ਅੰਦੋਲਨ ਦਿੱਤਾ, ਜਿਹਨੇ ਪੂਰੀ ਜਿੱਤ ਦਿੱਤੀ ਪੂਰੀ ਦੁਨੀਆ ਦੇ ਵਿੱਚ, ਨਾ ਗਿਆ ਇਸ ਅੰਦੋਲਨ ਦਾ, ਇਸ ਵਾਸਤੇ ਮੈਂ ਸਮਝਿਆ ਵੀ ਲੋਕਾਂ ਦੇ ਵਿੱਚ ਉਸੇ ਪਛਾਣ ਨਾਲ ਔਰ ਉਸੇ ਜਿੱਤ ਨਾਲ ਔਰ ਉਸੇ ਜਜ਼ਬੇ ਨਾਲ ਜਾਇਆ ਜਾਵੇ, ਤਾਂ ਹੀ ਮੈਂ ਟਰੈਕਟਰ 'ਤੇ ਜਿਹੜਾ ਉਹ ਚੋਣ ਪ੍ਰਚਾਰ ਕਰ ਰਿਹਾ ਜੀ। ਜਿਹੜੀ ਜਲਾਲਾਬਾਦ ਦੀ ਸੀਟ ਹੈ ਉਸ ਸੀਟ ਨੂੰ ਹੌਟ ਸੀਟ ਮੰਨਿਆ ਗਿਆ ਹੈ ਔਰ ਖਾਸ ਤੌਰ 'ਤੇ ਕਿਉਂਕਿ ਅਕਾਲੀ ਦਲ ਬਾਦਲ ਨੇ ਆਪਣਾ ਮੁੱਖ ਮੰਤਰੀ ਦਾ ਚਿਹਰਾ ਲਾਣਿਆ ਸੁਖਬੀਰ ਸਿੰਘ ਬਾਦਲ ਨੂੰ ਔਰ ਉਹ ਹੌਟ ਸੀਟ ਬਣੀ ਹੋਈ ਹੈ, ਕਿਵੇਂ ਦੇਖਦੇ ਹੋ ਉਹਦਾ ਮੁਕਾਬਲਾ ਕਰਨ ਵਾਸਤੇ ਸੰਯੁਕਤ ਸਮਾਜ ਮੋਰਚਾ ਕਿਸ ਤਰ੍ਹਾਂ ਦੀ ਰਣਨੀਤੀ ਅਪਣਾ ਰਿਹਾ? ਪਰਮਜੀਤ ਜੀ, ਤੁਸੀਂ ਸਵਾਲ ਕੀਤਾ ਹੌਟ ਸੀਟ, ਹੌਟ ਸੀਟ ਜਿਹੜੇ ਇਹਦੇ ਚੈਨਲ ਨੇ ਉਹ ਹੀ ਦੱਸ ਰਹੇ ਨੇ ਪਰ ਉਹਦੇ ਅੰਦਰੋਂ ਅੰਦਰ ਹੀ ਪਸੀਨੇ ਛੁੱਟ ਰਹੇ ਨੇ। ਸੋ ਹੌਟ ਸੀਟ ਤਾਂ ਅਸੀਂ ਜੀ ਪਹਿਲਾਂ ਪੂਰੀ ਦੁਨੀਆ ਕਹਿੰਦੀ ਸੀ ਵੀ ਮੋਦੀ ਹੈ ਤਾਂ ਸਭ ਕੁਝ ਹੈ, ਮੋਦੀ ਨੇ ਜਿੰਨੇ ਵੀ ਅੱਗੇ ਕੋਈ ਸਟੈਪ ਚੱਕੇ ਨੇ ਕੋਈ ਕਦਮ ਚੱਕੇ ਨੇ ਉਹਨੇ ਵਾਪਸ ਨਹੀਂ ਲਏ। ਸੋ ਅਸੀਂ ਉੱਥੇ ਵੀ ਇਹ ਗੱਲ ਕਹੀ ਸੀ ਵੀ ਜਾਂ ਤਾਂ ਕਾਨੂੰਨ ਰੱਦ ਹੋਣਗੇ ਜਾਂ ਇਹ ਅਸੀਂ ਮੋਦੀ ਨੂੰ ਹਰਾ ਕੇ ਜਾਵਾਂਗੇ। ਸੋ ਉਸੇ ਤਰ੍ਹਾਂ ਹੀ ਉਸ ਜਿੱਤ ਜਿਹੜੀ ਉਹ ਬਰਕਰਾਰ ਹੈ ਸਾਡੇ ਲੋਕਾਂ ਦੇ ਵਿੱਚ ਔਰ ਲੋਕ ਅੱਕੇ ਪਏ ਹੈ। ਅਸੀਂ ਉੱਥੇ ਅੰਦੋਲਨ ਲੜ ਰਹੇ ਸੀ, ਇਹ ਇੱਥੇ ਵੋਟਾਂ ਮੰਗ ਰਹੇ ਸੀ। ਉਸ ਟਾਈਮ ਤੁਸੀਂ ਸੁਣਿਆ ਹੋਏਗਾ ਕਦੇ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਹੋਣਾ ਵੀ ਜਦੋਂ ਅਕਾਲੀ ਦਲ ਦੀ ਇਸ ਤਰ੍ਹਾਂ ਦੀ ਹਾਲਤ ਹੋਈ ਹੋਵੇ। ਜਿਹੜੇ ਪਿੰਡਾਂ ਵਿੱਚ ਵੀ ਜਾਂਦੇ ਸੀ ਲੋਕਾਂ ਨੇ ਸਵਾਲ ਕੀਤੇ ਔਰ ਇਹ ਸਵਾਲਾਂ ਦੇ ਜਵਾਬ ਤੋਂ ਭੱਜੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੋ ਜਿਹੀ ਹਾਲਤ ਇਸ ਵੇਲੇ ਹੌਟ ਸੀਟ ਦੀ ਤੁਸੀਂ ਸੁਖਬੀਰ ਬਾਦਲ ਦੀ ਕਰ ਰਹੇ ਹੋ, ਉਹਦਾ ਪੂਰਾ ਜਿਹੜਾ ਚਿਹਰਾ ਉਤਰਿਆ ਹੋਇਆ ਔਰ ਪੂਰੇ ਮਨਾਂ ਤੋਂ ਜਿਹੜੇ ਉਤਰੇ ਹੋਏ ਨੇ। ਸੋ ਇਸ ਤਰ੍ਹਾਂ ਜਿਹੜੇ ਸਾਡੇ ਇੱਥੋਂ ਦੇ ਜਲਾਲਾਬਾਦ ਦੇ ਲੋਕ ਨੇ ਉਹ ਇਸ ਵਾਰੀ ਪੂਰਾ ਸੋਚ ਚੁੱਕੇ ਨੇ ਔਰ ਉਹਨਾਂ ਨੇ ਉਹਦਾ ਚੋਣ ਮਨੋਰਥ ਪੱਤਰ ਕੀ ਹੈ, ਦੂਸਰੀਆਂ ਪਾਰਟੀਆਂ ਵੀ ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰ ਰਹੇ ਨੇ ਔਰ ਉਹਨਾਂ ਨਾਲੋਂ ਆਪਣਾ ਜਿਹੜਾ ਤੁਹਾਡਾ ਸੰਯੁਕਤ ਸਮਾਜ ਮੋਰਚੇ ਦਾ ਵੱਖਰਾ ਚੋਣ ਮਨੋਰਥ ਪੱਤਰ ਕਿਵੇਂ ਹੈ? ਉਹਨਾਂ ਨੇ ਤਾਂ ਚੋਣ ਮਨੋਰਥ ਕਰਕੇ ਸਾਨੂੰ ਲੁੱਟ ਲਿਆ ਜੀ। ਸਾਡਾ ਇਕਰਾਰਨਾਮਾ ਹੈ, ਅਸੀਂ ਲੋਕਾਂ ਨਾਲ ਇਕਰਾਰ ਕੀਤਾ ਵੀ ਅਸੀਂ ਜਦੋਂ ਸਾਡੀ ਸਰਕਾਰ ਆਉਂਦੀ ਪੰਜਾਬ ਦੇ ਵਿੱਚ ਪਹਿਲਾ ਮੁੱਦਾ ਜਿਹੜਾ ਸਾਡਾ ਉਹ ਜਵਾਨੀ ਜਿਹੜੀ ਬਾਹਰਲੇ ਦੇਸ਼ਾਂ ਨੂੰ ਇੱਥੋਂ ਖੰਭ ਲਾ ਕੇ ਜਾ ਰਹੀ ਹੈ, ਇੱਥੋਂ ਦੀ ਜਿਹੜੇ ਸਿਸਟਮ ਦੀ ਸਤਾਈ ਹੋਈ ਉਹਨਾਂ ਨੂੰ ਕਦੇ ਬਾਹਰ ਨਹੀਂ ਜਾਣ ਦੇਗਾ, ਉਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਅਸੀਂ ਇੱਥੇ ਕਰਾਂਗੇ। ਦੂਸਰਾ ਸਵਾਲ, ਸਭ ਤੋਂ ਵੱਡਾ ਨਸ਼ਾ, ਜਿਹੜੇ ਇਸ ਸਿਸਟਮ ਨੇ ਸਾਡੀ ਜਵਾਨੀ ਨਸ਼ੇ ਵਾਲੇ ਪਾਸੇ ਤੱਕਤਾ, ਉਹ ਨਸ਼ਾ ਬਿਲਕੁਲ ਬੰਦ ਕਰਕੇ ਔਰ 1% ਵੀ ਅਸੀਂ ਨਹੀਂ ਰਹਿਣ ਦਿਆਂਗੇ। ਇੱਥੋਂ ਦਾ ਜਿਹੜਾ ਭ੍ਰਿਸ਼ਟਾਚਾਰ ਤੰਤਰ ਉਹ ਇੰਨਾ ਗਰਕ ਚੁੱਕਿਆ ਹੈ ਕਿ ਸਾਡੀਆਂ ਤਹਿਸੀਲਾਂ ਸਾਡੇ ਥਾਣੇ ਉਹ ਠੇਕਿਆਂ 'ਤੇ ਚੜ੍ਹਦੇ ਨੇ, ਉਹਨੂੰ ਬਿਲਕੁਲ ਸਾਰਾ ਮੁਕਤ ਕਰਾਂਗੇ। ਦੂਸਰਾ, ਅੱਗੇ ਤੋਂ ਜਿਹੜਾ ਰੇਤ ਮਾਫੀਆ, ਬਜਰੀ ਮਾਫੀਆ, ਇਹ ਜਿੰਨੇ ਵੀ ਮਾਫੀਏ ਨੇ ਉਹ ਸਾਰੇ ਆਉਂਦਿਆਂ ਸਾਰ ਅਸੀਂ
ਖਤਮ ਕਰਾਂਗੇ। ਸੋ ਇਸ ਟਾਈਮ ਸਾਡੇ ਪੰਜਾਬ 'ਤੇ 350 ਕਰੋੜ ਜਿਹੜਾ 3 ਲੱਖ ਕਰੋੜ ਕਰਜ਼ਾ ਹੈ ਉਹ ਅਸੀਂ ਜਿਹੜੇ ਸਾਡੇ ਸੋਰਸ ਨੇ ਇਹ ਕੁਦਰਤੀ ਸੋਰਸ ਕੁਦਰਤੀ ਸੋਮੇ ਨੇ ਉਹਨਾਂ ਤੋਂ ਸਾਡੀ ਜਿਹੜੀ ਆਮਦਨ ਅਸੀਂ ਉਹ ਮਤਲਬ ਕਰਕੇ ਕਰਾਂਗੇ। ਔਰ ਸਾਡਾ ਜਿਹੜੇ ਇੱਥੋਂ ਦਾ ਵਿੱਦਿਆ ਢਾਂਚਾ ਉਹ ਬਿਲਕੁਲ ਜਿਵੇਂ ਕਹਿੰਦੇ ਨਾਂ ਦੇ ਬਰਾਬਰ ਹੈ। ਉਹ ਜਿਹੜੇ ਸਾਡੇ ਸਕੂਲ ਉਹ ਇੱਕ ਸਾਰ ਹੋਣਗੇ ਔਰ ਲਾਜ਼ਮੀ ਵਿੱਦਿਆ ਹੋਏਗੀ ਔਰ 1 ਰੁਪਈਆ ਕਿਸੇ ਨੂੰ ਨਹੀਂ ਲੱਗਣ ਦਿਆਂਗੇ। ਸਾਡੇ ਜਿਹੜੇ ਇੱਥੋਂ ਦੇ ਯੂਨੀਵਰਸਿਟੀਆਂ ਖੋਲ੍ਹਾਂਗੇ, ਇੱਥੇ ਕਾਲਜ ਖੋਲ੍ਹਾਂਗੇ ਔਰ ਕਿਸੇ ਨੇ ਡਿਗਰੀ ਡਿਪਲੋਮੇ ਕਰਨੇ ਨੇ ਉਹਨਾਂ ਦੇ 1 ਰੁਪਈਆ ਵੀ ਅਸੀਂ ਖਰਚ ਨਹੀਂ ਹੁੰਦੇ ਹੈਗੇ। ਉਹਨਾਂ ਨੂੰ ਬਕਾਇਦਾ ਡਿਗਰੀ ਡਿਪਲੋਮੇ ਫਰੀ ਕਰਾਵਾਂਗੇ। ਹੁਣ ਤੁਸੀਂ ਜੇ ਕਿਸੇ ਨੇ ਡਾਕਟਰ ਬਣਨਾ ਹੋਵੇ ਜਾਂ ਕਿਸੇ ਨੇ ਅਫਸਰ ਬਣਨਾ ਹੋਵੇ ਤਾਂ 1 ਕਰੋੜ ਰੁਪਏ ਖਰਚ ਹੁੰਦੇ ਨੇ। ਬਿਲਕੁਲ ਅਸੀਂ ਉਹਨਾਂ ਦਾ 1 ਰੁਪਈਆ ਵੀ ਨਹੀਂ ਲੱਗਣ ਦਿਆਂਗੇ। ਉਹਨਾਂ ਨੂੰ ਫਰੀ ਸਾਰਿਆਂ ਨੂੰ ਡਿਗਰੀਆਂ ਕਰਵਾ ਕੇ ਔਰ ਉਹ ਪੜ੍ਹ ਕੇ ਔਰ ਆਪਦੇ ਜਿਹੜੇ ਮੈਰਿਟ ਦੇ ਆਧਾਰ 'ਤੇ ਉਹ ਆਪਦੀਆਂ ਡਿਗਰੀਆਂ ਮਤਲਬ ਅਫਸਰ ਬਣਨਗੇ। ਇਹ ਸਾਡੇ ਮੁੱਦੇ ਨੇ ਜੀ। ਅਸੀਂ ਰੇਡੀਓ ਸਪਾਈਸ ਵੱਲੋਂ ਇਸ ਗੱਲ ਲਈ ਸ਼ੁਭਕਾਮਨਾਵਾਂ ਕਰਦੇ ਹਾਂ ਕਿ ਤੁਸੀਂ ਜਿੱਤ ਕੇ ਅਸੈਂਬਲੀ ਵਿੱਚ ਪਹੁੰਚੋ ਔਰ ਲੋਕ ਹਿੱਤਾਂ ਦੀ ਗੱਲ ਕਰੋ। ਬਿਲਕੁਲ, ਤੁਹਾਡੀਆਂ ਸ਼ੁਭ ਇਸ਼ਾਵਾਂ ਸਾਡੇ ਨਾਲ, ਤੁਹਾਡਾ ਧੰਨਵਾਦ। ਅਤੇ ਫਿਰ ਅਸੀਂ ਜਿਹੜਾ ਜੋ ਲੋਕਾਂ ਦੇ ਨਾਲ ਇਕਰਾਰ ਕੀਤਾ ਹੈ ਅਸੀਂ ਉੱਥੇ ਕਦੇ ਨਹੀਂ ਭੱਜਾਂਗੇ। ਅਸੀਂ ਕਦੇ ਵੀ ਅੱਗੇ ਲੋਕਾਂ ਨੇ ਵੋਟਾਂ ਪਾ ਥੱਕੇ ਹੈ। ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਵੀ ਲੋਕਾਂ ਨੂੰ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਵਾਲੇ ਨੇ ਚਾਹੇ ਅਕਾਲੀ ਨੇ, ਲੋਕ ਸਵਾਲ ਕਰ ਰਹੇ ਨੇ, ਸਾਡਾ ਸਵਾਗਤ ਕਰ ਰਹੇ ਨੇ। ਇੰਨੀ ਸਾਡੇ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਔਰ ਲੋਕ ਸਾਨੂੰ ਜਿਤਾਉਣਗੇ ਔਰ ਜਿੱਤ ਕੇ ਅਸੀਂ ਜਿਹੜੇ ਲੋਕਾਂ ਦੇ ਨਾਲ ਇਕਰਾਰ ਨਾਮਾ ਕੀਤਾ ਉਹਦੇ 'ਤੇ ਅਸੀਂ ਬਿਲਕੁਲ ਖਰੇ ਉਤਰਾਂਗੇ। ਬਹੁਤ ਬਹੁਤ ਧੰਨਵਾਦ ਸੁਰਿੰਦਰ ਟੰਡੀਆਂ ਜੀ। ਇਹ ਸਨ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕਾਮਰੇਡ ਸੁਰਿੰਦਰ ਟੰਡੀਆਂ, ਜਿਨ੍ਹਾਂ ਨੇ ਕਿ ਬੇਬਾਕੀ ਦੇ ਨਾਲ ਔਰ ਖੁਸ਼ੀ ਭਰੇ ਅੰਦਾਜ਼ ਦੇ ਨਾਲ ਦੱਸਿਆ ਹੈ ਕਿ ਲੋਕ ਦੂਸਰੀਆਂ ਪਾਰਟੀਆਂ ਨੂੰ ਜਿਨ੍ਹਾਂ ਨੇ ਲੰਬਾ ਸਮਾਂ ਰਾਜ ਕੀਤਾ ਹੈ ਉਹਨਾਂ 'ਤੇ ਸਵਾਲ ਖੜ੍ਹੇ ਕਰ ਰਹੇ ਨੇ ਪਰ ਸਾਡਾ ਨਿੱਘਾ ਸਵਾਗਤ ਕਰ ਰਹੇ ਹਨ। ਔਰ ਲਗਾਤਾਰ ਜਿਹੜਾ ਚੋਣ ਦੰਗਲ ਪਖਿਆ ਹੋਇਆ ਹੈ, ਬਾਕੀ ਵੀ ਉਮੀਦਵਾਰਾਂ ਨਾਲ ਗੱਲ ਕਰਾਉਂਦੇ ਰਹਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਜਲਾਲਾਬਾਦ ਤੋਂ ਪਰਮਜੀਤ ਢਾਬਾ। Subscribe now and press the bell icon. Never miss an update.